ਸੰਗਰੂਰ ਦੇ ਖਨਾਲਕਲਾ ਪਿੰਡ ਦੇ ਰਹਿਣ ਵਾਲੇ ਪਦਮ ਸ਼੍ਰੀ ਅਰਜਨ ਅਵਾਰਡੀ ਮੁੱਕੇਬਾਜ਼ ਕੌਰ ਸਿੰਘ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਉਹਨਾਂ ਨੇ ਦੇਸ਼ ਦੇ ਲਈ ਖੇਡ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੇ ਜੀਵਨ ਦੇ ਆਧਾਰ 'ਤੇ ਇੱਕ ਪੰਜਾਬੀ ਫਿਲਮ ਵੀ ਬਣ ਚੁੱਕੀ ਹੈ ਅਤੇ ਬਾਲੀਵੁੱਡ ਦੀ ਫਿਲਮ ਵੀ ਇੱਕ ਰਿਲੀਜ਼ ਹੋ ਰਹੀ ਹੈ। ਉਹਨਾਂ ਦੀ ਅੰਤਮ ਅਰਦਾਸ 'ਤੇ ਭਾਰਤੀ ਸੈਨਾ, ਪ੍ਰਸ਼ਾਸਨ, ਰਾਜਨੀਤਿਕ ਅਤੇ ਆਸਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਪੰਜਾਬ ਸਰਕਾਰ ਉਹਨਾਂ ਦੀ ਯਾਦ ਵਿੱਚ ਅਜਿਹੀ ਜਗ੍ਹਾ ਬਣਾਏਗੀ ਜਿਸ ਤੋਂ ਨੌਜਵਾਨ ਸਿੱਖਿਆ ਲੈ ਸਕਣਗੇ ਕਿ ਕਿਵੇਂ ਉਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੀ ਜੀਵਨੀ ਸਕੂਲਾਂ ਵਿੱਚ ਪੜ੍ਹਾਈ ਜਾਵੇਗੀ। ਜਦੋਂ ਮੈਂ ਬਿਮਾਰ ਸੀ ਅਸੀਂ ਉਦੋਂ ਵੀ ਇਹਦੇ ਨਾਲ ਰਹੇ ਸੀ ਔਰ ਹੋਸਪਿਟਲ 'ਚ ਵੀ ਇਹਨਾਂ ਨੂੰ ਮਿਲਦੇ ਰਹੇ। ਮੈਂ ਤਾਂ ਇੱਕ ਵਾਰ ਤਕਰੀਬ ਦੱਸੀ ਸੀ ਕਿ 1982 ਵਿੱਚ ਗੌਰਮੈਂਟ ਆਫ ਪੰਜਾਬ ਨੇ ਅਨਾਊਂਸ ਕੀਤਾ ਸੀ ਇਹਨੂੰ ਸਿੱਖ ਲਿਆ ਨਹੀਂ ਸੀ। ਉਹ ਵੀ ਮੈਂ ਅੱਗੇ ਤੋਂ ਪ੍ਰੈਸ ਰਿਪੋਰਟ ਦੇ ਕੇ ਪੇਪਰਾਂ 'ਚ ਦੇ ਕੇ ਕੈਪਟਨ ਸਾਹਿਬ ਨੂੰ ਅਪਰੋਚ ਕਰਕੇ ਉਹ ਵੀ ਜੀ ਪਰ ਕੁਛ ਵੀ ਚੀਜ਼ ਦੇ ਦੇਣੀ ਇਹਨਾਂ ਨੂੰ ਮੇਰੇ ਮੁਤਾਬਕ ਘੱਟ ਹੈ। ਇਹਨਾਂ ਦੀ ਯੋਗਦਾਨ ਹਿੰਦੁਸਤਾਨ ਬੋਕਸਿੰਗ ਲਈ, ਆਪਣੇ ਪਿੰਡ ਲਈ, ਜ਼ਿਲ੍ਹੇ ਲਈ, ਪੰਜਾਬ ਲਈ, ਜਿੰਨਾ ਵੀ ਕਿਹਾ ਜਾਏ। ਇੱਕੋ ਬੰਦਾ ਸੀ ਜਿਹੜਾ ਕੋਨੇ 'ਤੇ ਚੜ੍ਹਦੇ ਕਹਿੰਦਾ ਜੀ ਸੰਤੂ ਸਾਹਿਬ ਆਰਾਮ ਨਾਲ ਬੈਠ ਜਾਓ, ਮੈਂ ਦਿਆਂਗਾ ਤੁਹਾਨੂੰ। ਅੱਛਾ ਜੀ, ਮਤਲਬ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਸ਼ਕਤੀਆਂ, ਇੰਨੇ ਸਟਰੋਂਗ ਦਿਲ ਔਰ ਐਸੀ ਜਿਹੜਾ ਜੁੜੇ ਹੋਏ ਬੰਦੇ, ਮਤਲਬ ਟ੍ਰੇਨਿੰਗ ਦੇ ਵਿੱਚ ਸਾਡਾ ਇੱਕ ਹੁੰਦਾ ਸੀ 48 ਕਿਲੋ ਵਾਲਾ ਪੀਏ ਸਾਫਾ, ਛੋਟੇ ਬਹੁਤ ਭਾਈਏ ਦੇ ਜਿੱਦਾਂ ਲੰਬੀ ਰੇਸ ਹੋਣੀ, ਇਹਨੇ ਕਹਿੰਦਾ ਆ ਜਾ ਪੀਏ ਆਪਾਂ ਦੇਖ ਲੈਂਦੇ ਹਾਂ ਅੱਜ। ਅਤੇ ਵਾਕਿਆ ਹੀ ਉਹਦੇ ਨਾਲ ਜਾਂ ਉਹਦੇ ਨਾਲ ਅੱਗੇ ਆਉਂ, ਇਹਨਾਂ 'ਚ ਜੇ 3-4 ਮੁੰਡੇ ਸੀ, ਉਹ ਇੱਕ ਬਖਸ਼ੀ, ਇੱਕ ਬਖਸ਼ੀਸ਼ ਸਿੰਘ ਸੀਗਾ, ਇੱਕ ਮਨੂਰ ਸੀਗਾ, ਹੋਰ ਸੀਗੇ। ਇਹਨਾਂ ਨੇ ਹਮੇਸ਼ਾ ਟ੍ਰੇਨਿੰਗ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਟ੍ਰੇਨਿੰਗ ਹੋਵੇ ਆਪਸ ਵਿੱਚ ਮੁਕਾਬਲਾ ਕਰਨਾ, ਔਰ ਉਹ ਮੁਕਾਬਲੇ ਵਿੱਚ ਵੀ ਜੋਸ਼ ਭਰ ਦਿੰਦਾ ਹੈ, ਜੋਸ਼ ਭਰ ਦਿੰਦਾ। ਔਰ ਇਸ ਬੰਦੇ ਨੇ ਬੜੀ ਸਾਦੀ ਸੋਚ, ਬੜੀ ਸਿੰਪਲ ਸੋਚ ਸੀ, ਆਪਦਾ ਖਾਣਾ ਖਾਣਾ, ਟ੍ਰੇਨਿੰਗ ਕਰਨੀ, ਸਭ ਆਰਾਮ। ਹਾਂ, ਜਦੋਂ ਕੰਪੀਟੀਸ਼ਨ ਖਤਮ ਹੁੰਦਾ ਸੀਗਾ ਉਦੋਂ ਥੋੜ੍ਹਾ ਬਹੁਤ ਇੰਜੋਇਮੈਂਟ ਕਰਨਾ, ਇੱਧਰ ਉੱਧਰ ਹੋਰ ਕੁਛ, ਬਟ ਅਦਰਵਾਈਜ਼ ਇਹਨਾਂ ਦੀ ਕੰਟਰੀਬਿਊਸ਼ਨ ਮੇਰਾ ਖਿਆਲ ਪਿੰਡ ਨੂੰ ਲਾਓ, ਇਸ ਜ਼ਿਲ੍ਹੇ ਨੂੰ ਲਾਓ, ਪੰਜਾਬ ਨੂੰ ਲਾਓ, ਨਵੀਂ ਜਨਰੇਸ਼ਨ ਨੂੰ ਕੀ ਤੁਸੀਂ ਪ੍ਰੇਰਨਾ ਦਿੰਦੇ ਹੋ ਕਿ ਇਹਨਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ? ਨਵੀਂ ਜਨਰੇਸ਼ਨ ਨੂੰ ਤੁਸੀਂ ਕਹਿੰਦੇ ਹੋ ਕਿ ਸਾਧਨਾ ਤੋਂ ਬਿਨਾਂ ਕੁਛ ਨਹੀਂ ਹੁੰਦਾ, ਪੜ੍ਹਾਈ ਤੋਂ ਬਿਨਾਂ ਕੁਛ ਨਹੀਂ ਹੁੰਦਾ, ਤੁਸੀਂ ਅਲੱਗ ਅਲੱਗ ਬਹਾਨੇ ਖੋਜਦੇ ਰਹਿੰਦੇ ਹੋ ਕਿ ਇਹਦੇ ਬਿਨਾਂ ਨਹੀਂ ਹੁੰਦਾ। ਆਹ ਤੁਹਾਡੇ ਕੋਲ ਜਿਉਂਦਾ ਜਾਗਦਾ ਐਗਜ਼ਾਮਪਲ ਆ ਜਿਹੜਾ ਬਿਨਾਂ ਪੜ੍ਹਾਈ ਤੋਂ, ਬਿਨਾਂ ਸਾਧਨਾ ਤੋਂ, ਬਿਨਾਂ ਕਿਸੇ ਦੀ ਸਪੋਰਟ ਤੋਂ, ਬਿਨਾਂ ਕਿਸੇ ਦੀ ਮਦਦ ਤੋਂ, ਪਰ ਬਿਨਾਂ ਕੋਈ ਪੈਸਾ ਜਾਂ ਉਹ ਚੀਜ਼ ਫੈਸਿਲਿਟੀ ਤੋਂ ਹਿੰਦੁਸਤਾਨ ਦੀ ਬੋਕਸਿੰਗ ਨੂੰ ਤਾਂ ਨਾ ਦੁਨੀਆ ਤੱਕ ਲੈ ਗਏ। 82 'ਚ ਵੀ ਇਹਨਾਂ ਨੇ ਗੋਲਡ ਲਿਆ, ਇਸ ਤੋਂ ਪਹਿਲਾਂ ਅਸੀਂ ਸਿਓਲ ਗਏ ਸੀ 80 ਦੇ ਵਿੱਚ, ਏਸ਼ੀਅਨ ਬੋਕਸਿੰਗ, ਉੱਥੇ ਵੀ ਇਹਨੇ ਗੋਲਡ ਲਿਆ, ਬੈਂਕੋਕ 'ਚ ਵੀ। ਆਈ ਥਿੰਕ ਇਹ ਜਿਹੜਾ ਤੁਹਾਡੇ ਵਿੱਚ ਜਜ਼ਬਾ ਆ ਉਹ ਇੱਕ ਬਹੁਤ ਥੱਲੇ ਰਾਈਟਰ ਨੇ ਕਿਹਾ ਆ, ਇਹ ਨਾਮੁਮਕਿਨ ਜਿਹੜਾ ਸ਼ਬਦ ਆ ਇਹ ਮੂਰਖਾਂ ਦੀ ਡਿਕਸ਼ਨਰੀ ਹੈ। ਔਰ ਕਿਸੇ ਨੇ ਵੀ ਕਿਹਾ ਕਿ ਇੰਪੋਸੀਬਿਲਿਟੀ ਆ ਮਿਥ ਹੈਵਿੰਗ ਨੋ ਰਿਐਲਿਟੀ ਐਟ ਆਲ। ਤੁਸੀਂ ਆਪਣੇ ਆਪ ਨੂੰ ਸੋਚੋ, ਜਿਵੇਂ ਆਪਾਂ ਵੀ ਇੱਥੇ ਖੜ੍ਹੇ ਹਾਂ, ਆਪਾਂ ਕਹਿੰਦੇ ਆਪਾਂ ਆਹ ਨਹੀਂ ਕਰ ਸਕਦੇ, ਆਹ ਨਹੀਂ। ਹਰ ਇੱਕ ਚੀਜ਼ ਪੋਸੀਬਲ, ਹਰ ਉਹ ਚੀਜ਼ ਜੋ ਤੁਸੀਂ ਦਿਮਾਗ ਵਿੱਚ ਸੋਚਣ ਦੀ ਸ਼ਮਤਾ ਰੱਖਦੇ ਹੋ, ਆਪਣੇ ਦਿਮਾਗ ਵਿੱਚ ਉਹਦਾ ਲਾਈਨ ਅਪ ਕਰ ਸਕਦੇ ਹੋ ਕਿ ਮੈਂ ਕਿਵੇਂ ਕਿਵੇਂ ਕਰਨਾ ਹੈ। ਜੋ ਜੀ ਪਿੰਡ ਵਾਸੀਆਂ ਨੇ ਔਰ ਮੇਰੇ ਦਸ਼ਮੇਸ਼ ਬਟਾਲੀਅਨ ਦੇ ਦੂਜੇ ਸਾਥੀਆਂ ਨੇ ਜੋ ਫੰਕਸ਼ਨ ਔਰਗਨਾਈਜ਼ ਕੀਤਾ, ਬਹੁਤ ਹੀ ਤਕੜਾ ਫੰਕਸ਼ਨ ਸੀਗਾ, ਬਹੁਤ ਚੰਗਾ ਸੀਗਾ। ਔਰ ਇਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਤਸਾਹਨ ਹੁੰਦਾ ਹੈਗਾ ਕਿ ਆਪਾਂ ਵੀ ਕੌਰ ਸਿੰਘ ਦੀ ਜੋ ਲੈਗਸੀ ਹੈ, ਜੋ ਉਹਨਾਂ ਨੇ ਇੱਥੇ ਆਪਣਾ ਸਰਵਿਸ ਦੇ ਵਿੱਚ ਜੋ ਉਹਨਾਂ ਨੇ ਮਾਈਲਸਟੋਨ ਹਾਸਲ ਕੀਤੇ ਨੇ, ਆਪਾਂ ਵੀ ਸਾਰੇ ਹਾਸਲ ਕਰ ਸਕਦੇ ਹਾਂ। ਮੇਰਾ ਆਪਣੀ ਨਵੀਂ ਜਨਰੇਸ਼ਨ ਨੂੰ ਇਹ ਸੰਦੇਸ਼ਾ ਹੈ ਕਿ ਮੁਸ਼ਕਲਾਂ ਹਰ ਚਾਹੁੰਦੀਆਂ ਨੇ, ਪਰ ਮੁਸ਼ਕਲਾਂ ਨੂੰ ਕਵਰ ਕਰਨਾ, ਓਵਰਕਮ ਕਰਨਾ ਦੇ ਨਾਲ ਹੀ ਆਪਾਂ ਅੱਗੇ ਪੁੱਜ ਸਕਦੇ ਹਾਂ। ਲੋਕਾਂ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੌਰ ਸਿੰਘ ਮਤਲਬ
इंडिया में कोई कोर्सिंग सीगा तो असं चाहते हैं जो कोर्सिंग हो बहुत निकलन जो ज़्यादा कोर्सिंग संगरूर चो निकलन तो यहाँ कि कोर्सिंग सिद्धांत हो जाए एक कि बॉक्सिंग नवा मतलब इतिहास द्वारा लिखा जाए तो कोर्सिंग वर्गा कोई इतने इसे पिंड चो निकल दे। देखो बड़ा ही दुख का माहौल है पर खुशी भी इस गल की है कि जेडे साडे सरदार कौर सिंह अज साडे विचकार नहीं रहे उन्हां दी अंतिम अरदास दे विच इंटरनेशनल प्लेयर्स आए है ते होर जिथे ओह जुंट दे विच सेवा निभा के आए है उन्होंने अफसर सवान आए कैप्टन साहब आए ते नाल ही मैं अपने वालों श्रोमणी अकाली दल वालों ते हलका इंचार्ज होने के नाते दिड़बे तो मैं उन्होंने श्रद्धांजलि भेंट करना आ अंतिम अरदास दे विच ते नाल ही एक सुनेहा भी देना चाहना कि देखो इस पिंड दे विचों छोटे जे पिंड दे विचों उठ के ओलंपिक तक पहुँचना बहुत बड़ी गल है। अजीत पंजाबी दी ओथेंटिक खबरों के लिए सबसक्राइब करो अजीत वैब टीवी ताज़ी खबरों की नोटिफिकेशन पाने के लिए बैल आइकन ते क्लिक।